ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਾਨੂੰ ਜਾਣਨ ਵਾਲੇ ਦੋਸਤ ਹੋਰ ਮਿੱਤਰ ਜਾਣਦੇ ਆ ਕਿ ਅਸੀਂ ਵੱਖ ਵੱਖ ਸਮੇਂ 'ਤੇ ਲੋੜਵੰਦ ਮਰੀਜ਼ਾਂ ਦਾ ਇਲਾਜ ਕਰਵਾਉਂਦੇ ਹਾਂ, ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਲੋੜਵੰਦ ਬੱਚਾ ਹੋਵੇ, ਉਹਨੇ ਪੜ੍ਹਾਈ ਕਰਨੀ ਹੋਵੇ, ਜਾਂ ਕਿਸੇ ਨੂੰ ਦਵਾਈ ਦੀ ਲੋੜ ਹੋਵੇ, ਅਸੀਂ ਆਪਣੀ ਯੋਗਤਾ ਦੇ ਅਨੁਸਾਰ ਹਾਜ਼ਰ ਰਹਿੰਦੇ ਹਾਂ। ਫਿਲਹਾਲ ਇੱਕ ਮਸਲੇ ਦੇ ਉੱਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਇਹ ਮਸਲਾ ਕਹਿ ਲਓ ਅੜਿਆ ਹੋਇਆ। ਇੱਕ ਪੇਸ਼ੈਂਟ ਆ, 19 ਸਾਲ ਦੀ ਉਹਦੀ ਉਮਰ ਆ, ਉਹਦਾ ਨਾਮ ਹੈ ਗੁਰਵੀਤ ਸਿੰਘ। ਗੁਰਵੀਤ ਸਿੰਘ ਦਾ ਪਿੰਡ ਕੋਟਲਾ ਚਾਹਲ, ਨੇੜੇ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ ਆ। ਹੋਇਆ ਇੰਝ ਕਿ ਮੇਰੇ ਨਾਲ ਦੇ ਪਿੰਡ ਤੋਂ ਕੁਝ ਮੇਰੇ ਵਾਕਫ ਸਨ, ਉਹਨਾਂ ਦਾ ਪਹਿਲਾਂ ਇਲਾਜ ਕਰਵਾਇਆ ਸੀ। ਉਹ ਗੁਰਵੀਤ ਸਿੰਘ ਨੂੰ ਟੈਂਪੂ ਦੇ ਉੱਤੇ ਲੱਦ ਕੇ, ਜਿਹਨੂੰ ਛੋਟਾ ਹਾਥੀ ਜਿਹਾ ਬੋਲਦੇ ਜਾਂ ਇਸ ਤਰ੍ਹਾਂ, ਉਹਦੇ 'ਤੇ ਲੱਦ ਕੇ ਅਤੇ ਮੇਰੇ ਕੋਲ ਇੱਕ ਸਵੇਰ ਘਰ ਲੈ ਕੇ ਆ ਗਏ ਸਨ। ਮਹੀਨੇ ਕੁ ਦੀ ਗੱਲ ਹੈ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਚਲੋ ਤੁਸੀਂ ਆਏ ਹੋ ਜੀ ਸਦਕੇ। ਅਤੇ ਉਹ ਕਹਿੰਦੇ ਵੀ ਇਸ ਮੁੰਡੇ ਦਾ ਨਾ ਚੂੜਾ ਚੂੜੇ 'ਚ ਸੱਟ ਆ, ਇਹਦੇ ਕੋਲ ਤੁਰਿਆ ਨਹੀਂ ਜਾਂਦਾ, ਮਿਹਨਤ ਕਸ਼ ਟੱਬਰ ਆ, ਜਿਵੇਂ ਝੋਨੇ ਦੀ ਲਵਾਈ ਨਹੀਂ ਦਿੱਤੀ ਉਹਨਾਂ ਦਾ ਟੱਬਰ ਕਰ ਰਿਹਾ। ਅਤੇ ਮੈਂ ਕਿਹਾ ਵੀ ਤੁਸੀਂ ਐਂ ਕਰੋ, ਥੋੜ੍ਹਾ ਜਿਹਾ ਕਿਰਾਇਆ ਮੈਥੋਂ ਲੈ ਲਓ, ਬਾਕੀ ਜਿਹੜਾ ਟੈਸਟ ਵਗੈਰਾ ਵਾ ਉਹ ਅਕਾਲ ਸਾਹਿਬ ਚੈਰੀਟੇਬਲ ਟਰੱਸਟ ਵਾਲੇ ਕਰਵਾ ਦੇਣਗੇ। ਮੈਂ ਮਨਪ੍ਰੀਤ ਸਿੰਘ, ਜਿਹੜੇ ਸਾਡੇ ਵਲੰਟੀਅਰ, ਉਹਨਾਂ ਨੂੰ ਫੋਨ ਕੀਤਾ ਕਿ ਇਸ ਪਰਿਵਾਰ ਦੀ ਬਾਂਹ ਫੜੋ। ਅਤੇ ਉਹਨਾਂ ਨੇ ਡਾਕਟਰਸ ਨੂੰ ਵਿਖਾਇਆ, ਕੁਝ ਦਿਨ ਜਵਾਨ ਉਹ ਐਡਮਿਟ ਰਿਹਾ ਗੁਰੂ ਰਾਮਦਾਸ ਹਸਪਤਾਲ ਬੱਲੇ ਦੇ ਵਿੱਚ। ਉਸ ਉਪਰੰਤ ਫਾਈਨਲ ਗੱਲ ਇਹ ਹੋਈ ਕਿ ਉਸ ਜਵਾਨ ਦਾ, 19 ਸਾਲ ਦੀ ਉਮਰ ਹੈ ਸਾਰੀ, ਉਹਦਾ ਚੂੜਾ ਬਦਲਿਆ ਜਾਣਾ ਖੱਬੇ ਪਾਸੇ ਦਾ। ਅਤੇ ਚੂੜੇ ਦਾ ਤਕਰੀਬਨ ਖਰਚਾ ਡਾਕਟਰਾਂ ਨੇ ਦੱਸਿਆ ਕਿ 2 ਲੱਖ ਦੇ ਕਰੀਬ ਆ ਸਕਦਾ। ਫਿਰ ਕੁਝ ਦਿਨ ਪਹਿਲਾਂ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਹਸਪਤਾਲ ਦਾਖਲ ਹੋ ਜਾਓ ਅਤੇ ਅਸੀਂ ਕੁਛ ਨਾ ਕੁਛ ਅਰੇਂਜ ਕਰਦੇ ਹਾਂ। ਇੱਕ ਅਪੀਲ ਮੈਂ ਪਹਿਲਾਂ ਕੀਤੀ, ਜਿਹਦੇ ਕਰਕੇ ਇੱਕ ਦੋਸਤ ਨੇ ਸਾਨੂੰ ਕਿਹਾ ਸੀ ਵੀ ਅਸੀਂ ਕੁਝ ਸਾਥ ਦੇਵਾਂਗੇ। ਉਸ ਦੋਸਤ ਨੇ ਆਸਟ੍ਰੇਲੀਆ ਤੋਂ 40,000 ਰੁਪਈਆ ਉਸ ਗੁਰਵੀਤ ਸਿੰਘ ਦੇ ਨਾਮ 'ਤੇ ਟਰੱਸਟ ਨੂੰ ਭੇਜਿਆ। ਅਤੇ ਟਰੱਸਟ ਨੇ ਆਪਣੇ ਜਿਹੜੇ ਹੋਰ ਜੁੜੇ ਹੋਏ ਬੰਦੇ ਹੁੰਦੇ ਆ ਉਹਨਾਂ ਰਾਹੀਂ 50,000 ਰੁਪਈਆ ਇਕੱਠਾ ਕੀਤਾ ਅਤੇ 90,000 ਰੁਪਈਆ ਟਰੱਸਟ ਦੇ ਕੋਲ ਹੋ ਗਿਆ। ਇਸ ਤੋਂ ਬਾਅਦ ਜਿਹੜਾ ਤਕਰੀਬਨ ਖਰਚਾ ਡਾਕਟਰਾਂ ਨੇ ਸਾਨੂੰ ਦੱਸਿਆ ਸੀ ਕਿ 2 ਲੱਖ ਘੱਟੋ ਘੱਟ ਆਉਣਾ, ਅਤੇ ਮੈਂ ਇਸ ਨੂੰ 2,10,000 ਮਿਥਿਆ, ਕਿਉਂਕਿ ਬਾਅਦ ਵਿੱਚ ਵੀ ਦਵਾਈਆਂ ਦਾ ਖਰਚਾ ਆਉਣਾ ਹੀ ਹੁੰਦਾ। ਸੋ ਹੋਇਆ ਕੀ ਕਿ ਮੈਂ ਗੁਰੂ ਰਾਮਦਾਸ ਹਸਪਤਾਲ ਬੱਲੇ ਜਾ ਕੇ ਇੱਕ ਅਪੀਲ ਹੋਰ ਕੀਤੀ ਅਤੇ ਮੈਂ ਕਹਿਤਾ ਕਿ ਗੁਰਵੀਤ ਸਿੰਘ ਹੁਣਾਂ ਦਾ ਨਾਮ, ਨੰਬਰ, ਐਡਰੈਸ ਮੇਰੇ ਕੋਲੋਂ ਲੈ ਲਿਓ। ਅਤੇ ਉਸ ਤੋਂ ਬਾਅਦ 2 ਸੱਜਣਾਂ ਨੇ ਨਾਮ ਪਤਾ ਮੇਰੇ ਤੋਂ ਪੁੱਛਿਆ। ਇੱਕ ਸੱਜਣ ਨੇ 10,016 ਰੁਪਈਏ ਭੇਜੇ ਅਤੇ ਦੂਸਰੇ ਸੱਜਣ ਨੇ 25,700 ਅਤੇ ਕੁਛ ਰੁਪਈਏ ਭੇਜੇ। ਇਸ ਤਰੀਕੇ ਨਾਲ 35,000 ਦਾ ਸਾਥ ਹੋਰ ਮਿਲ ਗਿਆ। ਅਤੇ ਇਹਨਾਂ ਦੋਵਾਂ ਨੂੰ ਜੋੜ ਦਈਏ, ਪਹਿਲੀ ਰਕਮ ਦੇ ਵਿੱਚ 90 ਪਹਿਲਾਂ ਸੀ ਅਤੇ 1,25,000 ਦਾ ਜਿਹੜਾ ਖਰਚਾ ਉਹ ਜੁੜ ਚੁੱਕਾ। ਫਿਲਹਾਲ ਜਿਹੜੀ ਲੋੜ ਬਣੀ ਹੋਈ ਆ ਉਹ ਤੁਸੀਂ ਜਾਣਦੇ ਹੋ ਕਿ 85,000 ਦੀ ਲੋੜ ਹੋਰ ਗੁਰਵੀਤ ਸਿੰਘ ਲਈ ਹੈ। ਮੈਂ ਇੱਥੇ ਬੇਨਤੀ ਕਰਦਾ ਕਿ ਜਿਵੇਂ ਸਾਡਾ ਪਹਿਲਾਂ ਵੀ ਕਾਰਜ ਚੱਲਦਾ ਕਿ ਤੁਸੀਂ ਸਾਥੋਂ ਗੁਰਵੀਤ ਸਿੰਘ ਹੁਣਾਂ ਦਾ ਨੰਬਰ, ਉਹਨਾਂ ਦਾ ਪੂਰਾ ਪਤਾ, ਜੇ ਕੋਈ ਉਹਨਾਂ ਦੇ ਘਰ ਜਾ ਕੇ ਸਾਥ ਦੇਣਾ ਚਾਹੁੰਦਾ ਤਾਂ ਵੀ ਵਾਹ ਭਲੀ, ਅਤੇ ਜਾਂ ਤੁਸੀਂ ਉਹਨਾਂ ਦਾ ਫੋਨ ਨੰਬਰ ਦੇ ਉੱਤੇ ਉਹਨਾਂ ਨੂੰ ਸਿੱਧਾ ਡਿਜ਼ਿਟ ਲਿਖਾ ਸਕਦੇ ਹੋ। ਵੈਸਟਰਨ ਯੂਨੀਅਨ, ਮਨੀਗ੍ਰਾਮ ਬੈਂਕ ਦਾ ਖਾਤਾ ਸ਼ਾਇਦ ਉਹਨਾਂ ਦਾ ਨਹੀਂ ਗਾ। ਸੋ ਉਹ ਇਸ ਤਰੀਕੇ ਨਾਲ ਉਹ ਜਿਹੜੇ ਪੈਸੇ ਹੁੰਦੇ ਆ ਉਹ ਫਿਰ ਟਰੱਸਟ ਦੇ ਕੋਲ ਜਮ੍ਹਾਂ ਕਰਵਾ ਦਿੰਦੇ ਆ। ਇਸ ਵੇਲੇ ਗੁਰਵੀਤ ਸਿੰਘ ਹੁਣਾਂ ਦੇ ਸਾਡੇ ਟਰੱਸਟ ਅਕਾਲ ਸਹਾਇ ਚੈਰੀਟੇਬਲ ਟਰੱਸਟ ਕੋਲ 1,25,000 ਰੁਪਈਆ ਗੁਰਵੀਤ ਸਿੰਘ ਦਾ ਪਿਆ ਹੋਇਆ, ਜਿਹਦੇ ਵਿੱਚ 50,000 ਟਰੱਸਟ ਨੇ ਪਾਇਆ ਹੋਇਆ, ਬਾਕੀ ਜਿਹੜੇ ਖਰਚਾ ਵਾ ਕੋਈ 75,000 ਉਹ ਵੱਖ ਵੱਖ ਸੱਜਣਾਂ ਨੇ ਜਿਹੜਾ ਦਿੱਤਾ ਉਹ ਸਾਂਭਿਆ ਹੋਇਆ। ਅਸੀਂ ਉਦੋਂ ਹੀ ਉਸ ਪੈਸੇ ਨੂੰ ਵਰਤਾਂਗੇ ਜਦੋਂ ਇਲਾਜ ਧਰੂਗਾ। ਸੋ ਫਿਲਹਾਲ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਕੋਲੋਂ ਤੁਸੀਂ ਇਹ ਜਿਹੜਾ ਸੰਪਰਕ ਲਓ, ਜਿਸ ਦੇ ਨਾਲ
ਗੁਰਬੀਤ ਸਿੰਘ ਹੁਣਾਂ ਦਾ ਇਲਾਜ ਹੋ ਸਕੇ। 19 ਸਾਲ ਦਾ ਨੌਜਵਾਨ ਹੈ ਸਾਰਾ, ਕਿਉਂਕਿ ਜੇ ਇਲਾਜ ਹੁਣ ਨਹੀਂ ਹੁੰਦਾ ਤਾਂ ਪਰੇਸ਼ਾਨੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਬਹੁਤ ਜ਼ਿਆਦਾ ਹੋ ਸਕਦੀਆਂ। ਸੋ ਤੁਸੀਂ ਇਸ ਸੰਦਰਭ ਦੇ ਵਿੱਚ ਧਿਆਨ ਦਿਓਗੇ, ਮੈਂ ਆਸ ਕਰਦਾ। ਮੇਰੇ ਵਟਸਐਪ ਨੰਬਰ 7872204004 7087204004 'ਤੇ ਤੁਸੀਂ ਗੁਰਬੀਤ ਸਿੰਘ ਹੁਣਾਂ ਦਾ ਨਾਮ ਪਤਾ ਸਾਥੋਂ ਲੈ ਕੇ ਉਹਨਾਂ ਨੂੰ ਸਾਥ ਦੇ ਸਕਦੇ ਹੋ। ਜਦੋਂ ਪੂਰਾ ਖਰਚਾ ਹੋਇਆ, ਪ੍ਰਬੰਧ ਹੋ ਗਿਆ, ਅਸੀਂ ਤਾਂ ਵੀ ਅਪਡੇਟਸ ਦੇ ਦਿਆਂਗੇ। ਦੁੱਖ ਦੀ ਗੱਲ ਇਹ ਆ ਕਿ ਜਦੋਂ ਅਸੀਂ ਤਾਂ ਆਪਣੇ ਵੱਲੋਂ ਦਾਖਲ ਕਰਵਾ ਦਿੱਤਾ ਸੀ ਕਿ ਚਲੋ ਇੱਕ ਦੋ ਦਿਨਾਂ ਤੱਕ ਪ੍ਰਬੰਧ ਹੋ ਜੂਗਾ ਅਤੇ ਇਲਾਜ ਹੋ ਜੂ, ਪਰ ਗੁਰਬੀਤ ਸਿੰਘ ਨੂੰ ਛੁੱਟੀ ਇਸ ਕਰਕੇ ਲੈਣੀ ਪਈ ਕਿ ਪੈਸੇ ਦਾ ਪ੍ਰਬੰਧ ਨਹੀਂ ਹੋ ਸਕਿਆ। ਉਹ ਇਸ ਵੇਲੇ ਫਿਰ ਆਪਣੇ ਘਰ ਆ, ਪਿੰਡ 'ਚ ਆ, ਕੋਟਲਾ ਚਾਹਲ ਨੇੜੇ ਬਟਾਲਾ ਜ਼ਿਲ੍ਹਾ ਗੁਰਦਾਸਪੁਰ, ਜਿਹੜੀ ਸੜਕ ਪਠਾਨਕੋਟ ਨੂੰ ਜਾਂਦੀ ਆ ਉਹਦੇ ਉੱਤੇ ਆ ਪਿੰਡ ਆਏ, ਬਟਾਲੇ ਤੋਂ ਨਿਕਲੀ ਹੈ ਗੁਰਦਾਸਪੁਰ ਵਾਲੇ ਪਾਸੇ ਨੂੰ। ਸੋ ਫਿਲਹਾਲ ਇਹ ਜਿਹੜੀ ਲੋੜ ਆ ਤਕਰੀਬਨ 85,000 ਰੁਪਏ ਦੀ ਬਣੀ ਹੋਈ ਆ। ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਇਹ ਸਾਥ ਦਿਓ ਤਾਂ ਜੋ ਇੱਕ 19 ਸਾਲ ਦੇ ਨੌਜਵਾਨ ਦਾ ਜਿਹਦਾ ਚੂੜਾ ਬਦਲਿਆ ਜਾਣਾ ਉਹਦਾ ਇਲਾਜ ਹੋ ਸਕੇ। ਕਿਸੇ ਵੀ ਤਰ੍ਹਾਂ ਦੀ ਕੋਈ ਵੈਰੀਫਿਕੇਸ਼ਨ ਚਾਹੀਦੀ ਹੋਵੇ ਜਾਂ ਕਿਸੇ ਨੂੰ ਉਸ ਇਲਾਜ ਵਿੱਚੋਂ ਰਸੀਦਾਂ ਚਾਹੀਦੀਆਂ ਹੋਣ, ਬਿੱਲ ਚਾਹੀਦੇ ਹੋਣ, ਅਸੀਂ ਹਰੇਕ ਚੀਜ਼ ਅਵੇਲੇਬਲ ਕਰਾਵਾਂਗੇ ਜੇ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਲੋੜ ਬਣੀ। ਬਾਕੀ ਫਿਲਹਾਲ ਇਹ ਜਿਹੜਾ ਜਿੰਨਾ ਵੀ ਕੁਛ ਮੈਂ ਬੋਲਿਆ ਇਹ ਸਾਰਾ ਕੁਛ ਉਸ ਪਰਿਵਾਰ ਨੂੰ ਜਾਣਕਾਰੀ ਇਹਦੀ ਦਿੱਤੀ ਹੋਈ ਆ, ਅਤੇ ਮੈਂ ਆਸ ਕਰਦਾ ਕਿ 2-4 ਹੀ ਸੱਜਣ 20,000 25,000 ਲਈ ਉੱਠ ਪੈਣ ਅਤੇ ਗੁਰਬੀਤ ਸਿੰਘ ਦਾ ਜਿਹੜਾ ਇਲਾਜ ਆ ਹੋ ਸਕਦਾ ਅਤੇ ਅਸੀਂ ਉਹਦਾ ਝੂੜਾ ਬਦਲਵਾ ਸਕੀਏ। ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਤੋਂ ਇਹ ਇਲਾਜ ਹੋਣਾ। ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਵੀ ਸਾਡੇ ਭੈਣ ਭਰਾ ਇਸ ਭਾਵਨਾ ਨੂੰ ਸਮਝਦੇ ਆ। ਸੋ ਕਿਰਪਾ ਕਰਕੇ ਤੁਸੀਂ ਇਸ ਗੱਲਬਾਤ ਨੂੰ ਅੱਗੇ ਸਾਂਝਾ ਕਰ ਦਿਓ ਤਾਂ ਜੋ ਇੱਕ ਮਾਸੂਮ ਦਾ ਲੋੜਵੰਦ ਬੰਦੇ ਦਾ ਇਲਾਜ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।